ਇਹ ਜਿਹੜੀ ਸਾਹਮਣੇ ਕੋਠੀ ਆ ਜਿਹਦੇ 'ਚ ਅੱਜ ਇਹ ਕਾਰਡ ਹੋਇਆ ਆ, ਅੱਗੇ ਵੀ ਇਸ ਕੋਠੀ ਵਾਲੇ ਨੂੰ 6-7 ਵਾਰਾਂ ਅਸੀਂ ਵਾਰਨਿੰਗ ਦੇ ਕੇ ਮਹੱਲੇ ਵਾਲੇ ਸਮਝਾ ਚੁੱਕੇ ਹਾਂ ਕਿ ਤੂੰ ਇਹ ਗਲਤ ਕੰਮ ਜਿਹੜਾ ਲੜਕੀਆਂ ਵਾਲਾ ਇਹ ਇੱਥੇ ਬੰਦ ਕਰਾ ਦੇ। ਪਰ ਇਹਦੀ ਕੰਨ 'ਤੇ ਜਿੱਦਾਂ ਕਹਿੰਦੇ ਜੂ ਨਹੀਂ ਸਰਕੀ, ਕੋਈ ਜੂ ਨਹੀਂ ਸਰਕੀ। ਹਾਰ ਕੇ ਅਸੀਂ ਇਹ ਹੁਣ 2 ਮਹੀਨੇ ਤੋਂ ਫਿਰ ਲਗਾਤਾਰ ਇੱਥੇ ਇਹੋ ਹੀ ਕੰਮ ਚੱਲ ਰਿਹਾ ਸੀ, ਕਦੀ 2 ਆ ਗਈਆਂ, ਕਦੀ 4 ਆ ਗਈਆਂ, ਕਦੀ ਆ ਗਈਆਂ। ਅਸੀਂ ਮੌਕੇ ਦੀ ਤਾੜ ਸੀਗਾ, ਸਾਰੇ ਮਹੱਲੇ ਵਾਲੇ ਇਹ ਕੀ ਨਸ਼ਾ ਕਰਦੇ ਨੇ, ਇੱਥੇ ਸਮੈਕ ਵੇਚਦੇ ਨੇ, ਕੀ ਕਰਦੇ ਨੇ। 2 ਗੱਡੀਆਂ ਆਉਂਦੀਆਂ, 2 ਜਾਂਦੀਆਂ ਸਵੇਰੇ, ਕਿਸੇ ਵਾਲੇ 3:30 ਗੱਡੀਆਂ ਨਿਕਲਦੀਆਂ, ਕਿਸੇ ਵਾਲੇ 2 ਵਜੇ ਨਿਕਲਦੀਆਂ ਨੇ। ਹਾਰ ਕੇ ਅੱਜ ਅਸੀਂ ਜਦੋਂ ਸਾਡੇ ਹੱਥ ਪਰੂਫ ਲਗਾ, ਫਿਰ ਅਸੀਂ ਇਹਨਾਂ ਨੂੰ ਕੈਪਚਰ ਕੀਤਾ, ਆਪਣੀ ਚੌਂਕੀ ਰਿਪੋਰਟ ਦਿੱਤੀ ਹੈ ਅਤੇ ਰਿਪੋਰਟ ਦੇ ਕੇ ਇਹਨਾਂ ਨੂੰ ਕੈਪਚਰ ਕਰਾਇਆ। SHO ਸਾਹਿਬ ਆਏ ਨੇ, ਚੌਂਕੀ ਇੰਚਾਰਜ ਆਇਆ, ਗ੍ਰਿਫਤਾਰ ਕਰਾਏ ਨੇ। ਮੌਕੇ 'ਤੇ ਉਹਨਾਂ ਨੇ ਸਾਰਿਆਂ ਦੇ ਨੰਬਰ ਨਾਂ ਲਿਖੇ ਗਏ। ਅਸੀਂ ਮੰਗ ਇਹ ਕਰਦੇ ਹਾਂ ਕਿ ਇਹਨਾਂ 'ਤੇ ਪਰਚਾ ਦਰਜ ਹੋਵੇ। ਜੇ ਇਹਨਾਂ 'ਤੇ ਚੌਂਕੀ ਇੰਚਾਰਜ ਜਾਂ ਥਾਣੇਦਾਰ SHO ਨੇ ਪਰਚਾ ਨਾ ਦਿੱਤਾ ਤਾਂ ਅਸੀਂ ਬਾਹਰ ਰੋਡ ਜਾਮ ਕਰਾਂਗੇ, ਚੌਂਕੀ ਦੇ ਵਿੱਚ ਜਾ ਕੇ ਧਰਨਾ ਦੇਵਾਂਗੇ। ਇੱਥੇ ਸਾਡੇ ਘਰ ਦੇ ਲਾਗੇ ਇੱਕ ਮਕਾਨ ਹੈ, ਉੱਥੇ ਦਿਨ ਰਾਤ ਕੋਈ ਗੱਡੀ ਆਉਂਦੀ, ਕੋਈ ਗੱਡੀ ਜਾਂਦੀ ਹੈ, ਉੱਥੇ ਚੱਕਲਾ ਜਿਹਾ ਚੱਲਿਆ ਰਹਿੰਦਾ। ਇਸ ਕਰਕੇ ਅਸੀਂ ਪੁਲਿਸ ਨੂੰ ਅਤੇ ਇੰਸਪੈਕਟਰ ਸਾਹਿਬ ਨੂੰ, ਆਪਣੇ ਮੁਹੱਲਾ ਨਿਵਾਸੀਆਂ ਨੂੰ ਕਹਿੰਦੇ ਹਾਂ ਬਈ ਇੱਥੇ ਕੋਈ ਠੱਲ ਪਾਈ ਜਾਵੇ ਜਾਂ ਉਹਨਾਂ ਦੇ ਪਰਚਾ ਕਿਤੇ, ਜੇ ਨਹੀਂ ਕਰਨਗੇ ਤਾਂ ਅਸੀਂ ਸਾਰੇ ਜਣੇ ਜਿਹੜੀ ਚੌਂਕੀ ਜਾ ਕੇ ਧਰਨਾ। ਇੱਥੇ ਪਬਲਿਕ ਨੇ ਦੱਸਿਆ ਤੇ ਅਸੀਂ ਆਏ ਹਾਂ ਅਤੇ SHO ਸਾਹਿਬ ਲੈ ਗਏ ਆ। ਕੀ ਹੋਇਆ, ਕੀ ਆ, ਸਾਨੂੰ ਨਹੀਂ ਪਤਾ।